अस्सलाम वालेकुम। की हाल मेरे भैन भरावां दा? मैं उम्मीद करना कि सारे ठीक ठाक होंगे जी। तो अज जी बेगम साहब बड़ी तंग कर रही है कि जी अज बाजार लैके चलो, बच्चे दी कोई चीज़ा चूज़ा लैके आनी है। तो तुहानू पता है कि ईद जिहड़ी है ना बड़ी करीब आ रही है, थोड़े जे दिन रह गए ने। तो मैं क्या चलो जी चलने कोई बाजार चलने, तो कोई समान वगैरह लैके आने, बच्चे दी कोई चीज़ा वगैरह, कोई जुत्ते, कोई कपड़े, कोई होर समान भी है। तो बेगम ने सूट वगैरह ले ने, ਉਹਨਾਂ ਦੇ ਵੀ ਉਹਨਾਂ ਨੇ ਲੈਸ ਲੂਸ ਲੈਣੀ ਹੈ। ਤਾਂ ਜ਼ਰਾ ਤੁਸੀਂ ਦੱਸੋ ਜੀ ਜ਼ਰਾ ਇੱਧਰ। ਅਸਲਾਮ ਅਲੈਕਮ ਸਾਰੇ ਭੈਣ ਭਰਾਵਾਂ ਨੂੰ, ਅਸਲਾਮ ਅਲੈਕਮ। ਅਤੇ ਸ਼ੋਪਿੰਗ ਕਰਨ ਚੱਲੇ ਹਾਂ, ਕੱਪੜੇ ਕੁਪੜੇ ਵਿਖਾਵਾਂਗੇ ਬੱਚਿਆਂ ਦੇ ਲੀੜੇ। ਮੈਂ ਕੋਈ ਲੈਸ ਲੂਸ ਵੀ ਲੈਣੀ ਹੈ ਅਤੇ ਕੱਪੜੇ ਕੁਪੜੇ ਵੀ ਲੈਣੇ ਨੇ। ਅਤੇ ਜਦੋਂ ਅਸੀਂ ਹੁਣ ਚੱਲਾਂਗੇ ਜ਼ਰਾ ਬਾਜ਼ਾਰ, ਅਤੇ ਆ ਕੇ ਵਾਪਸੀ 'ਤੇ ਜਿਹੜਾ ਵੀ ਸਮਾਨ ਲਿਆਂਦਾ ਆਪਦੇ, ਜਿਹੜੇ ਅਸੀਂ ਭੈਣ ਭਾਈ ਸਾਡੇ ਵੀਡੀਓ ਵੇਖ ਰਹੇ ਨੇ ਵੇਖਣ ਦੇ, ਅਸੀਂ ਉਹਨਾਂ ਨਾਲ ਸ਼ੇਅਰ ਕਰਾਂਗੇ, ਤੁਹਾਨੂੰ ਦਿਖਾਵਾਂਗੇ ਕਿ ਅਸੀਂ ਕੀ ਲੈ ਕੇ ਆਏ ਹਾਂ। ਅਤੇ ਹੁਣ ਜ਼ਰਾ ਅਸੀਂ ਚੱਲਦੇ ਹਾਂ ਬਾਜ਼ਾਰ, ਕਿਉਂਕਿ ਮੈਂ ਕੱਪੜੇ ਕੁਪੜੇ ਪਾ ਲਏ ਨੇ, ਬਾਕੰਗਾ ਸ਼ੰਗਾਵਾ ਨਾ ਜ਼ਰਾ ਤਿਆਰ ਸ਼ਿਆਰ ਹੋ ਕੇ ਬਾਜ਼ਾਰ ਚੱਲਦੇ ਹਾਂ। ਕਿ ਬੰਦਾ ਭੈੜਾ ਲੱਗਦਾ ਬਾਜ਼ਾਰ 'ਚ, ਵਾਲ ਖਿਲਰੇ ਹੋਣ, ਚੰਗਾ ਨਹੀਂ ਲੱਗਦਾ ਨਾ ਬੰਦਾ, ਫਿਰ ਬਣ ਬੁਣ ਕੇ ਜਾਵੇ ਨਾ, ਜ਼ਰਾ ਸਹੀ ਹੋ ਕੇ ਜਾਵੇ। ਅਤੇ ਇਸ ਤਰ੍ਹਾਂ ਕਰਕੇ ਨਾ ਜਾਣਾ ਚਾਹੀਦਾ ਬੰਦੇ ਨੂੰ। ਇਹ ਬੰਦਾ ਐਵੇਂ ਜਾਵੇ, ਅਗਲੇ ਦੁਕਾਨਦਾਰ ਆਖ ਦੁਕਾਨ ਪਿੱਛੜ ਜੀ ਪਿੱਛੜ, ਇਹ ਕੌਣ ਆ ਗਿਆ ਜੀ? ਅਤੇ ਜ਼ਰਾ ਜਿਹੜਾ ਵੀ ਬਾਜ਼ਾਰ ਜਾਵੇ ਜ਼ਰਾ ਸਹੀ ਬਣ ਬੁਣ ਕੇ ਜਾਇਆ ਕਰੋ, ਅਤੇ ਖਿਆਲ ਕੀਤਾ ਕਰੋ ਬਾਜ਼ਾਰ ਜਾਣ ਲੱਗਿਆਂ, ਟ੍ਰੈਫਿਕ ਕਾਫੀ ਹੁੰਦੀ ਹੈ, ਅਤੇ ਜ਼ਰਾ ਧਿਆਨ ਕੀਤਾ ਕਰੋ। ਅਤੇ ਹੁਣ ਜ਼ਰਾ ਮੈਂ ਜ਼ਰਾ ਕੰਨ ਮੈਂ ਵਾਹ ਲਵਾਂ, ਅਤੇ ਫਿਰ ਉਸ ਤੋਂ ਬਾਅਦ ਅਸੀਂ ਬਾਜ਼ਾਰ ਚੱਲਦੇ ਹਾਂ। ਅਤੇ ਤੁਸੀਂ ਕੀ ਲੈਣਾ ਜੀ? ਅਸੀਂ ਕੱਪੜੇ ਲੈਣੇ ਹੈਗੇ, ਕੱਪੜਿਆਂ ਦੀਆਂ ਲੈਸਾਂ ਲੈਣੀਆਂ, ਅਤੇ ਆਸਫ ਦਾ ਸੂਟ ਲੈਣਾ, ਜੁੱਤੀ ਲੈਣੀ ਸ਼ਾਜ਼ੀਆ ਦੀ, ਅਤੇ ਹੋਰ ਦੋ ਤਿੰਨ ਚੀਜ਼ਾਂ ਲੈਣੀਆਂ, ਕਾਂਟੇ ਵਗੈਰਾ ਲੈਣੇ। ਅਤੇ ਵੇਖਿਆ ਜੀ ਅੱਜ ਅਸੀਂ ਆਪਦੇ ਬੱਚਿਆਂ ਦੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਪੂਰੀਆਂ ਕਰਨੇ, ਅਤੇ ਇਹਦੇ 'ਚ ਬੱਚੇ ਵੀ ਖੁਸ਼ ਹੋ ਜਾਂਦੇ, ਅੱਲਾਹ ਪਾਕ ਵੀ ਖੁਸ਼ ਹੁੰਦਾ। ਅਤੇ ਅਸੀਂ ਦੁਆ ਕਰਨੇ ਕਿ ਅੱਲਾਹ ਪਾਕ ਸਾਰਿਆਂ ਦੇ ਮਾਂ ਬਾਪ ਨੂੰ ਇੰਨੀ ਹਿੰਮਤ ਦੇਵੇ ਕਿ ਉਹ ਆਪਦੇ ਬੱਚਿਆਂ ਦੇ ਜਿਹੜੇ ਨਾ ਛੋਟੀਆਂ ਛੋਟੀਆਂ ਜਿਹੜੀਆਂ ਖੁਸ਼ੀਆਂ ਖਤਮ ਪੂਰੀਆਂ ਕਰਨ ਆਪਦੀਆਂ। ਅਤੇ ਦੂਸਰਾ ਇਹ ਗੱਲ ਕਿ ਜਿੰਨਾ ਵੀ ਤੁਸੀਂ ਬੱਚਿਆਂ ਨੂੰ ਖੁਸ਼ ਰੱਖੋਗੇ ਅਤੇ ਅੱਲਾਹ ਪਾਕ ਬੜਾ ਖੁਸ਼ ਹੁੰਦਾ, ਬਹੁਤ ਯਾਨੀ ਕਿ ਅੱਲਾਹ ਪਾਕ ਹੋਰ ਜ਼ਿਆਦਾ ਤੁਹਾਨੂੰ ਦੇਗਾ, ਕਿਉਂਕਿ ਅੱਲਾਹ ਪਾਕ ਦਿੰਦਾ ਆਪਦੇ ਬੱਚਿਆਂ ਦੇ ਮੂੰਹ ਬੱਚਿਆਂ ਦੇ ਜ਼ਰੀਏ ਆਪਣੇ ਮਾਂ ਪਿਓ ਨੂੰ ਦਿੰਦਾ, ਮਾਂ ਪਿਓ ਬੱਚਿਆਂ ਨੂੰ ਖਾਂਦੇ ਪਿਆਉਂਦੇ ਨੇ, ਰਜਾਂਦੇ ਨੇ, ਉਹਨਾਂ ਦੀ ਹਰ ਸਾਡੀ ਤਾਂ ਇਹੀ ਕੋਸ਼ਿਸ਼ ਕਿ ਅਸੀਂ ਇਹਨਾਂ ਦੀ ਹਰ ਖੁਆਇਸ਼ ਪੂਰੀ ਕਰੀਏ। ਬੇਗਮ ਮੇਰੇ ਜਿਹੜੀ ਆ ਯਾਨੀ ਕਿ ਨਾ ਬੜਾ ਯਾਨੀ ਕਿ ਕੋਸ਼ਿਸ਼ ਕਰਦੀ ਹੈ ਕਿ ਇਹਨਾਂ ਦੇ ਬੱਚਿਆਂ ਨੂੰ ਕੋਈ ਮਸਲਾ ਨਾ ਬਣੇ, ਕੋਈ ਟੈਨਸ਼ਨ ਨਾ ਬਣੇ। ਮਾਸ਼ਾਅੱਲਾ ਸਾਡੇ ਚਾਰ ਦੋ ਬੇਟੀਆਂ ਦੋ ਬੇਟੇ ਨੇ, ਅਤੇ ਮਾਸ਼ਾਅੱਲਾ ਚਾਰੇ ਬਹੁਤ ਅੱਛੇ ਨੇ, ਬਹੁਤ ਜ਼ਿਆਦਾ ਸਾਡੀ ਖਿਦਮਤ ਕਰਦੇ ਨੇ, ਬਹੁਤ ਜ਼ਿਆਦਾ ਖਿਆਲ ਕਰਦੇ ਨੇ। ਅਤੇ ਅੱਲਾਹ ਪਾ ਕੇ ਸਾਰਿਆਂ ਨੂੰ ਇਸੇ ਤਰ੍ਹਾਂ ਦੀ ਔਲਾਦ ਦੇਵੇ, ਸਾਰਿਆਂ ਨੂੰ ਮਾਂ ਬਾਪ ਇਸੇ ਤਰ੍ਹਾਂ ਦਾ ਦੇਵੇ ਕਿ ਇੱਕ ਦੂਜੇ ਦਾ ਖਿਆਲ ਕਰਨ। ਅਤੇ ਹੁਣ ਜ਼ਰਾ ਅਸੀਂ ਜ਼ਰਾ ਬਾਜ਼ਾਰ ਚੱਲੀਏ, ਬਾਜ਼ਾਰੋਂ ਆ ਕੇ ਫਿਰ ਤੁਹਾਨੂੰ ਟੁੰਡ ਆ ਕੇ ਸ਼ੇਅਰ ਕਰਾਂਗੇ, ਅਤੇ ਥੋੜ੍ਹੀ ਦੇਰ ਤੱਕ ਦੁਬਾਰਾ ਤੁਹਾਨੂੰ ਫਿਰ ਜੜ ਕੇ ਆਉਂਦੇ। ਅਤੇ ਅਸੀਂ ਹੁਣ ਜੀ ਜ਼ਰਾ ਚਾਹ ਚੂਹ ਪੀ ਲਈਏ, ਅਤੇ ਉਹ ਬੇਗਮ ਸਾਹਿਬ ਕਹਿ ਰਹੇ ਨੇ ਕਿ ਚਾਹ ਬਣ ਰਹੀ ਹੈ, ਅਤੇ ਚਾਹ ਪੀ ਕੇ ਚੱਲਦੇ ਹਾਂ ਬਾਜ਼ਾਰ, ਅਤੇ ਉੱਥੋਂ ਫਿਰ ਲਿਆਉਂਦੇ ਹਾਂ ਬੱਚਿਆਂ ਦੀਆਂ ਕੋਈ ਚੀਜ਼ਾਂ ਚੂਜ਼ਾਂ ਲਿਆਉਣੀਆਂ। ਅਤੇ ਆਹ ਦੇਖੋ ਆਹ ਚਾਹ ਚੂਹ ਬਣਾ ਰਹੇ ਨੇ, ਅਤੇ ਜ਼ਰਾ ਜਲਦੀ ਕਰ ਲਓ ਵੀ ਨਾ ਸ਼ਾਮ ਹੋ ਜਾਂਦੀ। ਆਹ ਦੇਖੋ ਜੀ ਇਹ ਚਾਹ ਬੜੀ ਜ਼ਬਰਦਸਤ ਬਣ ਰਹੀ ਹੈ, ਇਹ ਕਿਉਂ ਇਹ ਰਿਸ਼ਵਤ ਲੱਗਦੀ ਪਈ ਹੈ ਜੀ ਕਿ ਚੀਜ਼ਾਂ ਚੂਜ਼ਾਂ ਜ਼ਰਾ ਵੱਧ ਲੈ ਆ ਦੇ ਮੈਨੂੰ, ਦੇਖੋ ਨਾ ਜੀ ਬੜਾ ਨਾ ਇਹ ਸਾਨੂੰ ਰਿਸ਼ਵਤ ਲੱਗ ਰਹੀ ਚਾਹ ਪਿਲਾ ਕੇ, ਅਤੇ ਫਿਰ ਪੈਸੇ ਜ਼ਿਆਦਾ ਸਾਨੂੰ ਲੱਗਣੇ ਨੇ ਬਾਜ਼ਾਰ ਜਾ ਕੇ। ਅਤੇ ਯਾਨੀ ਕਿ ਡਬਲ ਖਰਚੇ ਕਰਾਉਣ ਦੇ ਚੱਕਰਾਂ ਜੇ ਸਾਡੇ ਹੈ, ਜੇ ਤੁਸੀਂ ਵੀ ਪੀਣੀ ਤੇ ਆ ਜਾਓ ਲਓ। ਅਤੇ ਦੂਸਰਾ ਜੀ ਅਸੀਂ ਨਾ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਨਾ ਸਾਡੀ ਸਪੋਰਟ ਕਰ ਰਹੇ ਨੇ ਸਾਡੇ ਭਾਈ ਨੇ ਵਿਕਾਸ ਫੈਮਿਲੀ, ਜੋ ਕਿ ਨਾ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਕਾਫੀ ਸਪੋਰਟ ਕਰ ਰਹੇ ਨੇ ਵਿਕਾਸ ਐਂਡ ਫੈਮਿਲੀ, ਸਾਡਾ ਯਾਨੀ ਕਿ ਨਾ ਬਹੁਤ ਯਾਨੀ ਕਿ ਇਸ ਚੈਨਲ ਦੇ ਮਾਮਲਾ ਦੇ ਵਿੱਚ ਉਹ ਸਾਡੀ ਬੜੀ ਸਪੋਰਟ ਕਰ ਰਹੇ, ਸਾਨੂੰ ਦੱਸ ਰਹੇ ਨੇ, ਅਤੇ ਅਸੀਂ ਉਹਨਾਂ ਦਾ ਬੜਾ ਸ਼ੁਕਰੀਆ ਅਦਾ ਕਰਨੇ ਕਿ ਵਿੱਕੀ ਬਾਈ ਨੇ, ਅਫਤਾਬ ਬਾਈ ਨੇ, ਅਤੇ ਸਾਨੂੰ ਤਾਂ ਇਹ ਚੀਜ਼ ਦਾ ਇਲਮ ਹੀ ਕੋਈ ਪਤਾ ਹੀ ਕੋਈ ਕਿ ਕਿਸ ਤਰ੍ਹਾਂ ਵੀਡੀਓ ਬਣਾਉਣੀ ਕਿਸ ਤਰ੍ਹਾਂ ਨਹੀਂ, ਅਤੇ ਉਹ ਸਾਨੂੰ ਬੜਾ ਯਾਨੀ ਕਿ ਨਾ ਬੜੀ ਸਾਡੇ ਨਾ ਬੜੀ ਜ਼ਿਆਦਾ ਉਹ ਇਸ ਮਾਮਲਾਤ ਦੇ ਵਿੱਚ ਨਾ ਜਿਹੜੇ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਕਾਫੀ ਸਾਨੂੰ ਦੱਸਦੇ ਨੇ, ਸਮਝਾਉਂਦੇ ਨੇ, ਅਤੇ ਅਸੀਂ ਉਹਨਾਂ ਦਾ ਬੜਾ ਸ਼ੁਕਰੀਆ ਅਦਾ ਕਰਨੇ ਹਾਂ।
अपने जेड़े विकास भाई है, विकी भाई है, अफताब भाई है, सारे बहुत ज़्यादा सपोर्ट कर रहे हैं, तो यानी कि बहुत ज़्यादा सानू गाइड वगैरह कर रहे हैं, तो असं उन्हों का बड़ा शुक्रिया अदा कर रहे हैं। तो असं चाह चू पी के चाय वगैरह बन रही है, चाह पी के बाजार चलने, तो बाजार जो भी चीज़ा लिया तो उन्हें शेयर करा दसागे थोनों, आ चाह चू बनती पी है। तो देखो जी चाय पक के तैयार हो गई है, तो हूँ इन जरा असी ठंडी करा थोड़ी, ठंडी करने के बाद पीवेंगे पी के, तो दोबारा असं जरा तैयार बाजार जाने, तो बाजार जाके जो ना 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 बिस्कुट नहीं, फिर पैसे ज़्यादा होर लग जाने साढ़े, सानू कल चाय बड़ी है। वेखो ना जी आ प्यालियां ने साढ़े को, चाह जरा ठंडी हो जाती, जरा ठंडी हो जाती है, हाँ बड़ा टाइम लगता है, चेक कर लिए पी के कैसी बनी। जबरदस्त जबरदस्त, क्या बात है, आज तई बनाई है जमें पैसे पता नहीं तो बड़ी जबर बनाई है यार, चाय बहुत जबर बनी। काश तू चाह पीनी, जो काश में चाह दो जी। लो जी असं हूँ आ गए बाजारों होके, तो थानू बखाने कि असं की लिया, इधर आ जाओ आ जाओ भी बच्चे। बड़ा रश सी बाजार च, बेताशा यानि कि जिन्ना भी कह लो बहुत रश सी, थक गए। तो आ वेखो जी शादियां खुश हैगी, इन्हें कपड़े कुपड़े आए ने, इधर आवे दसो जी आया की आया है। आ देखो जी आसम है साड़ा बेटा छोटा, उनके कपड़े ने कमांड च दसा जी कैसे ने। देखो बच्चे साढ़े खुश हो गए ने, हो जी दिखती हाँ जी। देखो जी आ शादिया की जुत्ती आई है, कहंदी सी मैं एवें दी लैनी है जुत्ती, मैंने एं दी ख्वाहिश ते आई है, इन्हें ख्वाहिश की मैं जुत्ती इस तरह की लैनी है। तो उस तो बाद जी बेगम के कपड़िया के लैस लूस आई है जी, ए वेखो कि इन्हों का सूट आया जी, मेरा सूट ए, तो असं एवें बहार जमें शादी तो नहीं बहा दौ, वरियां के कपड़े जी आ वरिया के कपड़े देख लो सूट है जी बेगम का, ते ए भी इंदा ही है, लैस वाह होई इन्हां नूं चल लैस लाके आंदी है, रेड सूट दी ब्लैक दी पैसे लग गए, वाहवा खर्चा हो गया बेगम ने, वाहवा खर्चा च पहले तो चाह च पी है सू, तो चाह च मिठा पाता है, असं मिठे हो गए हैं, तो वाहवा खर्चा हो गया। तो आ वेखो जी माशाल्लाह आदि आदि भैन भाइयों सारे जड़ी चीज़ असं लिया शेयर कितिया दिखाइया ने, तो यासमीन कह रही थी कि असं आदि भैन भाई दिखावे, ਤੇ ਇਹ ਜ਼ਰਾ ਹੁਣ ਮਸਰੂਫ ਹੈਗੀ ਹੈ ਕਿ ਇਹਨਾਂ ਨੂੰ ਕਵਰ ਕੁਵਰ ਕਰ ਲਵੇ ਅਤੇ ਵਹਾ ਲਵੇ, ਅਤੇ ਬੜੇ ਖੁਸ਼ ਨੇ। ਹਾਂਜੀ ਬਹੁਤ ਅੱਛੇ ਕੱਪੜੇ ਲੈ ਕੇ ਦਿੱਤੇ ਸਾਨੂੰ ਸ਼ਫਾਕ ਨੇ, ਅਤੇ ਅਗਰ ਜੇ ਸਾਡੇ ਵੀਡੀਓ ਤੁਹਾਨੂੰ ਚੰਗੀ ਲੱਗੇ ਅੱਛੀ ਲੱਗੇ ਤਾਂ ਕਮੈਂਟ ਸ਼ੇਅਰ ਸਬਸਕ੍ਰਾਈਬ ਲਾਜ਼ਮੀ ਕਰਿਆ ਜੇ, ਅਤੇ ਤੁਸੀਂ ਵੀ ਅੱਲਾਹ ਪਾਕ ਸਾਰਿਆਂ ਨੂੰ ਵੀ ਹਿੰਮਤ ਦੇਵੇ ਕਿ ਆਪਣੇ ਜਿਹੜੇ ਬੱਚਿਆਂ ਦੀਆਂ ਖੁਆਹਿਸ਼ਾਂ ਪੂਰੀਆਂ ਕਰਨ, ਉਹਨਾਂ ਦੇ ਯਾਨੀ ਕਿ ਜੋ ਜੋ ਵੀ ਇੱਥੇ ਅੱਲਾਹ ਪਾਕ ਜਿੰਨੀ ਹਿੰਮਤ ਦੇਵੇ ਅੱਲਾਹ ਪਾਕ ਤੁਹਾਨੂੰ ਉਹਨਾਂ ਦੇ ਤੁਸੀਂ ਉਹਨਾਂ ਦੀਆਂ ਖੁਸ਼ੀਆਂ ਪੂਰੀਆਂ ਕਰੋ। ਅਤੇ ਹੁਣ ਸਾਨੂੰ ਤੁਸੀਂ ਇਜਾਜ਼ਤ ਦਿਓ, ਅਗਲੀ ਵੀਡੀਓ ਦੁਬਾਰਾ ਮਿਲਾਂਗੇ, ਪਾਕਿਸਤਾਨ ਜ਼ਿੰਦਾਬਾਦ, ਅਸਲਾਮ ਵਾਲੇਕੁਮ।
ਬਸ ਹੋ ਗਈ ਤੁਹਾਡੀ।